एवरीवन वेलकम और वेलकम बैक टू माय चैनल बीए सेमेस्टर 5 हिस्ट्री ऑफ द वर्ल्ड अपन कवर ਕਰ ਰਹੇ ਆ ਜਿਸ ਦੇ ਵਿੱਚ ਆਪਾਂ ਰੈਨੈਸੈਂਸ ਪੀਰੀਅਡ ਕਰ ਰਹੇ ਆ ਇਸ ਕੁਐਸਚਨ ਦੇ ਨਾਲ ਆਪਣਾ ਰੈਨੈਸੈਂਸ ਪੀਰੀਅਡ ਖਤਮ ਹੋ ਜੂਗਾ ਰਿਫਾਰਮੇਸ਼ਨ ਜਲਦੀ ਹੀ ਕਵਰ ਕਰਵਾਉਂਗੀ ਤੇ ਨਾਲ ਹੀ ਹੋਰ ਵੀ ਕਾਫੀ ਸਾਰੇ ਲੈਕਚਰਸ ਮੇਰੇ ਚੈਨਲ ਦੇ ਉੱਤੇ अवेलेबल ਹਨ ਹਿਸਟਰੀ ਵਗੈਰਾ ਹੋ ਗਿਆ ਠੀਕ ਹੈ ਨਾਲ ਹੀ ਸੋਸ਼ੀਓਲੋਜੀ ਇੰਗਲਿਸ਼ ਪੰਜਾਬੀ ਸਾਰਾ ਤੇ ਚੈਨਲ ਨੂੰ ਸ਼ੇਅਰ ਕਰਿਓ ਤਾਂ ਕਿ ਕੋਈ ਵੀ ਨੀੜੀ ਪਰਸਨ ਹੈ ਉਸ ਤੱਕ ਵੀ ਵੀਡੀਓ ਪਹੁੰਚਦੀ ਹੋਵੇ ਬਿਕਾਜ਼ ਹਿਸਟਰੀ ਥੋੜੀ ਇਸ ਪਰ ਬਹੁਤ ਟਫ ਹੈ ਸੋ ਸਟਾਰਟ ਕਰਦੇ ਹਾਂ ਇਸਾ ਵੀਡੀਓ ਦੇ ਰੈਨੈਸੈਂਸ ਇਨ ਲਿਟਰੇਚਰ ਆਰਟਸ এডੂਕੇਸ਼ਨ ਐਂਡ ਸਾਇੰਸ ਹੁਣ ਦੇਖੋ ਰੈਨੈਸੈਂਸ ਜਾਨੀ ਕਿ ਪੁਨਰ ਜਾਗਰਣ ਦਾ ਸਾਹਿਤ ਦੇ ਉੱਤੇ ਕਲਾ ਦੇ ਉੱਤੇ ਸਿੱਖਿਆ ਦੇ ਉੱਤੇ ਵਿਗਿਆਨ ਦੇ ਉੱਤੇ ਜਿਹੜਾ ਸੀ ਕੀ ਪ੍ਰਭਾਵ ਪਿਆ ਇਹਦੇ ਵਿੱਚ ਆਪਣੇ ਸ਼ਾਰਟ ਕੁਐਸਚਨ ਜ਼ਰੂਰ ਆਉਂਦੇ ਹੁੰਦੇ ਨੇ ਇਸ ਪੂਰੇ ਕੁਐਸਚਨ ਦੇ ਵਿੱਚੋਂ ਜਿੰਨੇ ਵੀ ਰਾਈਟਰਸ ਦਾ ਨਾਮ ਠੀਕ ਹੈ ਪੋਇਟਸ ਦਾ ਨਾਮ ਜਾਂ ਫਿਰ ਥਿੰਕਰਸ ਦਾ ਨਾਮ ਇਹਦੇ ਵਿੱਚ ਆਇਆ ਹੈ ਤਾਂ ਉਹਨਾਂ ਦੇ ਸ਼ਾਰਟ ਕੁਐਸਚਨ ਪੱਕਾ ਹੀ ਆਉਣੇ ਹੀ ਹੋਣੇ ਨੇ ਸੋ ਇਟਲੀ ਵਿੱਚ ਪੁਨਰ ਜਾਗਰਨ ਦਾ ਜਨਮ ਹੋਇਆ ਤਾਂ ਇਹ ਲਹਿਰ ਸਾਰੇ ਯੂਰਪ ਦੇ ਵਿੱਚ ਫੈਲ ਗਈ ਤਾਂ ਸਟਾਰਟਿੰਗ ਕਿੱਥੋਂ ਹੋਈ ਹੈ ਇਟਲੀ ਤੋਂ ਇਸ ਦਾ ਅਸਰ ਜਿਹੜਾ ਸੀਗਾ ਉਹ ਹਰੇਕ ਪੱਖ ਦੇ ਵਿੱਚ ਆਇਆ ਹੈ ਇਹ ਉਹ ਰੋਸ਼ਨੀ ਸੀ ਜਿਸ ਦੇ ਕਿਰਨ ਤੋਂ ਕੋਈ ਵੀ ਜਿਹੜਾ ਸੀਗਾ ਆਲਾਦ ਵਾਲਾ ਉਸ ਦੇ ਹਨੇਰਾ ਨਾ ਰਿਹਾ ਮਤਲਬ ਸਾਰੇ ਕਿਤੇ ਚਾਨਣ ਹੋ ਗਿਆ ਸਾਹਿਤ ਵਿੱਚ ਪੁਨਰ ਜਾਗਰਨ ਕਿਵੇਂ ਆਇਆ ਸਾਹਿਤ ਵਿੱਚ ਪੁਨਰ ਜਾਗਰਨ ਦੇ ਲੱਛਣ ਜਿਹੜੇ ਸੀਗੇ ਉਹ ਇਸ ਪ੍ਰਕਾਰ ਸੀ ਕਿ ਪੁਨਰ ਜਾਗਰਣ ਜਿਹੜਾ ਸੀਗਾ ਲਹਿਰ ਭਾਵੇਂ ਇਟਲੀ ਸਟਾਰਟ ਹੋਈ ਹੈ ਲੇਕਿਨ ਜੋ ਰੋਮ ਦੇ ਵਿੱਚ ਯੂਨਾਨ ਦੇ ਵਿੱਚ ਪੁਰਾਣੀਆਂ ਮਹਾਨ ਰਚਨਾਵਾਂ ਵਿੱਚ ਦੂਜੀ ਵਾਰ ਦਿਲਚਸਪੀ ਜਿਹੜੀ ਸੀ ਇਟਲੀ ਨੇ ਦਿਖਾਈ ਸੀ ਪਰ ਇਹ ਦਿਲਚਸਪੀ ਹੌਲੀ ਹੌਲੀ ਦੂਜੇ ਦੇਸ਼ਾਂ 'ਚ ਗਈ ਅਤੇ ਵਿਦੇਸ਼ਾਂ 'ਚ ਪਹੁੰਚ ਗਈ ਹੱਥ ਲਿਖਤਾਂ ਲੋਕ ਇਕੱਠੇ ਕਰਨ ਲੱਗੇ ਅਤੇ ਅਮੀਰਾਂ ਤੇ ਧਨਵਾਨ ਜਿਹੜੇ ਸੀ ਉਹਨਾਂ ਨੂੰ ਖਬਰਤ ਹੋ ਗਿਆ ਕਿਉਂਕਿ ਲੋਕਾਂ ਨੇ ਦੁਬਾਰਾ ਜਿਹੜੀ ਸੀਗੀ ਲਿਖਣਾ ਸਟਾਰਟ ਕਰਤਾ ਸੀ ਬੁਕਸ ਕਿਉਂਕਿ ਛਾਪੇਖਾਨੇ ਦੀ ਖੋਜ ਹੋਈ ਸੀਗੀ ਬੁਕਸ ਵਗੈਰਾ ਲਿਖਣੀ ਸਟਾਰਟ ਹੋ ਗਈ ਤੇ ਤਾਂ ਬਹੁਤ ਸਾਰੀਆਂ ਜਿਹੜੀਆਂ ਸੀ ਰਚਨਾਵਾਂ ਲਿਖੀਆਂ ਗਈ ਆਪਾਂ ਪਿਛਲੇ ਕੁਐਸਚਨ ਚ ਪੜਿਆ ਤਾਂ ਇਹਦੇ ਨਾਲ ਕੀ ਹੋਇਆ ਜਿਹੜੇ ਲੋਕ ਸੀਗੇ ਜਿਹੜੇ ਵੀ ਲਿਖਾਰੀ ਲਿਖ ਰਹੇ ਸੀਗੇ ਵਿਦਵਾਨ ਲਿਖ ਰਹੇ ਸੀ ਤਾਂ ਉਹਨਾਂ ਨੇ ਪੁਨਰ ਜਾਗਰਣ ਦੀ ਵਿਅਕਤੀਵਾਦਤਾ ਨੂੰ ਦਿਖਾਇਆ ਧਰਮ ਨਿਰਪੇਖ ਭਾਵਨਾ ਨੂੰ ਪ੍ਰਗਟ ਕੀਤਾ ਠੀਕ ਹੈ ਤਾਂ ਇਹ ਕਿਹਾ ਕਿ ਤੁਹਾਨੂੰ ਆਪਣੇ ਬਾਰੇ ਸੋਚਣਾ ਚਾਹੀਦਾ ਪਦਾਰਥਵਾਦੀ ਜਿਹੜੇ ਸੀ ਮਨੁੱਖ ਦੀ ਉਹਨਾਂ ਨੇ ਜਿਹੜਾ ਸੀਗਾ ਸਾਡੇ ਅੱਗੇ ਰ ਧਰਮ ਨਿਰਪੇਖ ਪਹਿਲਾਂ ਕੀ ਸੀਗੇ ਆਪਾਂ ਮੱਧਕਾਲ 'ਚ ਬਹੁਤ ਧਰਮ ਮੰਨਦੇ ਹੁੰਦੇ ਸੀ ਜਿਹੜੇ ਇਹ ਲੋਕ ਸੀਗੇ ਹੈਨਾ ਤਾਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਪੁਨਰ ਜਾਗਰਣ ਆਇਆ ਤਾਂ ਧਰਮ ਨਿਰਪੇਖ ਭਾਵਨਾ ਇਹਨਾਂ ਦੇ ਅੰਦਰ ਆ ਗਈ ਮੱਧਕਾਲ ਵਿੱਚ ਆਮ ਜਿਹੜਾ ਸਾਹਿਤ ਸੀਗਾ ਉਹ ਲਾਟਿਨ ਭਾਸ਼ਾ ਦੇ ਵਿੱਚ ਲਿਖਿਆ ਜਾਂਦਾ ਸੀ ਪਰ ਪੁਨਰ ਜਾਗਰਣ ਵਿੱਚ ਜਿਹੜੀਆਂ ਅਸੀਂ ਦੇਸੀ ਭਾਸ਼ਾਵਾਂ ਜਿਹੜਾ ਆਪਾਂ ਪਿੱਛੇ ਕੁਐਸਚਨ ਵੀ ਪੜਿਆ ਨਾ ਕਿ ਦੇਸੀ ਭਾਸ਼ਾਵਾਂ ਯੂਜ਼ ਕਰਨ ਲੱਗੇ ਫਰਾਂਸ ਜਰਮਨੀ ਇੰਗਲੈਂਡ ਨੇ ਆਪਣੀਆਂ ਆਪਣੀਆਂ ਭਾਸ਼ਾਵਾਂ ਵਿੱਚ ਸਾਹਿਤ ਰਚਿਆ ਤਾਂ ਲੋਕਾਂ ਦੀ ਭਾਸ਼ਾ ਦੇ ਵਿੱਚ ਜਿਹੜਾ ਸੀ ਸਾਹਿਤ ਰਚਿਆ ਗਿਆ ਬਾਈਬਲ ਵੀ ਲੋਕ ਭਾਸ਼ਾ ਦੇ ਵਿੱਚ ਲਿਖੀ ਗਈ ਤੱ ਵਿਗਿਆਨਕ ਸ਼ਬਦ ਕੋਸ਼ ਫ੍ਰਾਂਸੀਸੀ ਇਟੈਲੀ ਇਟਾਲੀਅਨ ਜਰਮਨੀ ਸਪੈਨਿਸ਼ ਆਦਿ ਭਾਸ਼ਾਵਾਂ ਲਈ 16ਵੀਂ ਸਦੀ ਵਿੱਚ ਤਿਆਰ ਹੋਣ ਲੱਗੇ ਅਤੇ 1553 ਵਿੱਚ ਵੌਨ ਗੈਸਨਰ ਛਪੀ ਜਿਸ ਦੇ ਵਿੱਚ 100 ਬੋਲੀਆਂ ਬੋਲਣ ਵਾਲੀਆਂ ਭਾਸ਼ਾਵਾਂ ਦਾ ਗਿਆਨ ਸੀ ਤਾਂ ਤੁਲਨਾਤਮਕ ਭਾਸ਼ਾ ਵਿਗਿਆਨ 'ਚ ਪਹਿਲਾ ਕਦਮ ਸੀ ਫਰਾਂਸ ਵਿੱਚ ਡਰੋਂਜ਼ਾਰਡ ਦੀ ਅਗਵਾਈ ਦੇ ਵਿੱਚ ਇੱਕ ਸਭਾ ਸਥਾਪਿਤ ਕੀਤੀ ਗਈ ਜਿਸ ਦੇ ਵਿੱਚ ਉਦੇਸ਼ ਕੀ ਸੀ ਕਿ ਫ੍ਰਾਂਸੀਸੀ ਭਾਸ਼ਾ ਦਾ ਸੁਧਾਰ ਕਰਨਾ ਤੇ ਐਵੇਂ ਦਾ ਹੀ ਅੰਦੋਲਨ ਜਿਹੜਾ ਸੀ ਇੰਗਲੈਂਡ 'ਚ ਚੱਲ ਰਿਹਾ ਸੀ ਤਾਂ ਸਰਬ ਫਿਲਿਪ ਸਿਡਨੀ ਜਿਹੜੇ ਸੀਗੇ ਉਹਨਾਂ ਦੀ ਰਚਨਾ ਐਪੋਲੋਜੀ ਫਾਰ ਪੋਇਟਰ ਵਿੱਚ ਸਾਬਿਤ ਹੁੰਦਾ ਹੈ ਤਾਂ ਇਹਨਾਂ ਰਚਨਾਵਾਂ ਦੇ ਵਿੱਚ ਕਲਾਸਿਕ ਸਪਿਰਿਟ ਲਿਆਉਣ ਦਾ ਯਤਨ ਕੀਤਾ ਗਿਆ ਸੀ ਤਾਂ ਕਹਿਣ ਦਾ ਮਤਲਬ ਇਸ ਦੇ ਵਿੱਚ ਦੇਸੀ ਭਾਸ਼ਾਵਾਂ ਦਾ ਜਿਹੜਾ ਸੀ ਯੂਜ਼ ਕੀਤਾ ਗਿਆ ਯੂਨਾਨੀ ਭਾਸ਼ਾ ਹੋ ਗਿਆ ਫਰਾਂਸ ਦੀ ਭਾਸ਼ਾ ਹੋ ਗਿਆ ਜਰਮਨੀ ਦੀ ਇੰਗਲੈਂਡ ਦੀ ਤਾਂ ਲੋਕ ਆਸਾਨੀ ਨਾਲ ਸਮਝ ਜਿਹੜੇ ਸੀਗੇ ਇਸ ਨੂੰ ਸਮਝਣ ਲੱਗੇ ਤਾਂ ਜਿਹੜੇ ਪ੍ਰਮੁੱਖ ਲਖਾਰੀ ਰਹੇ ਨੇ ਠੀਕ ਹੈ ਹੁਣ ਜਿਵੇਂ ਦਾਂਤੇ ਦਾਂਤੇ ਬਾਰੇ ਕੁਐਸਚਨ ਸ਼ਾਰਟ ਆ ਸਕਦਾ ਹੈ ਕਿ ਦਾਂਤੇ ਜਿਹੜੇ ਸੀਗੇ ਪਰੰਪਰਾ ਤੋੜ ਕੇ ਆਪਣੇ ਸਾਹਿਤ ਲਾਤੀਨੀ ਦੀ ਥਾਂ ਤੇ ਇਟਾਲੀਅਨ ਭਾਸ਼ਾ ਦੇ ਵਿੱਚ ਜਿਹੜਾ ਸੀ ਰਚਨਾ ਸ਼ੁਰੂ ਕੀਤਾ ਅਤੇ ਡਿਵਾਈਨ ਕਾਮੇਡੀ ਜਿਹੜੀ ਸੀ ਉਹਨਾਂ ਨੇ ਬੁੱਕ ਲਿਖੀ ਆਪਣੀ ਇੱਕ ਮਾਨ ਜਿਹੜੀ ਸੀਗੀ 14ਵੀਂ ਸਦੀ ਦੀ ਇਹ ਕਿਤਾਬ ਸੀ ਅਤੇ ਇਹ ਇੱਕ ਮਨਕਰਤ ਕਹਾਣੀ ਹੈ ਜਦੋਂ ਦੰਤੇ ਨੇ ਇੱਕ ਕਲਪਿਤ ਯਾਤਰਾ ਜਿਹੜੀ ਇਮੇਜਿਨੇਸ਼ਨ ਕੀਤੀ ਮਨਕਰਤ ਹੁੰਦਾ ਇਮੇਜਿਨੇਸ਼ਨ ਵਾਲੀ ਸਟੋਰੀ ਹੈ ਨਰਕ ਤੇ ਸਵਰਗ ਦੀ ਯਾਤਰਾ ਜਿਹੜੀ ਹੈ ਪੇਸ਼ ਕੀਤੀ ਗਈ ਹੈ ਇਸ ਯਾਤਰਾ ਦਾ ਸ਼ੁਰੂ ਦੁੱਖ ਤੋਂ ਹੁੰਦਾ ਪਰ ਜਿਹੜੀ ਅੰਤ ਹੈ ਉਹ ਸੁੱਖ ਤੋਂ ਹੁੰਦਾ ਹੈ ਤਾਂ ਲੇਖਕ ਨੇ ਇਸ ਸੁਖਾਂਤ ਇਸ ਨੂੰ ਸੁਖਾਂਤ ਆਖਿਆ ਹੈਗਾ ਇਸ ਬੁੱਕ ਦਾ ਜਿਹੜਾ ਮਨੁੱਖ ਮੁਖ ਏਮ ਹੈਗਾ ਉਹ ਮਨੁੱਖ ਨੂੰ ਉੱਚਾ ਨੈਤਿਕ ਜੀਵਨ ਅਤੇ ਸੰਜਮ ਬਤੀਤ ਕਰਨ ਲਈ ਪ੍ਰੇਰਣਾ ਦਿੱਤੀ ਗਈ ਹੈ ਅਤੇ ਦੰਤੇ ਨੂੰ ਪੁਨਰ ਜਾਗਰਨ ਦਾ ਪੌ ਫੁੱਟ ਤਾਰਾ ਜਿਹੜਾ ਹੈ ਉਹ ਕਿਹਾ ਗਿਆ ਕਿਉਂਕਿ ਇਸ ਬੁੱਕ ਦੇ ਵਿੱਚ ਧਰਮ ਦੇ ਉੱਤੇ ਜਿਹੜੀ ਇਹ ਝੋਟ ਮਾਰੀ ਗਈ ਹੈ ਕਿਉਂਕਿ ਪਹਿਲਾਂ ਕੀ ਸੀਗਾ ਕਿ ਹਾਂ ਤੁਹਾਨੂੰ ਅਸੀਂ ਖਿਮਾ ਕਰਵਾਵਾਂਗੇ ਬਹੁਤ ਪੌਪ ਤੇ ਪਾਦਰੀ ਕਹਿੰਦੇ ਸੀ ਪਾਡ ਪਾਰਡਨ ਤੁਹਾਨੂੰ ਕਰਵਾਵਾਂਗੇ ਹਨਾ ਤੁਸੀਂ ਜਿੰਨੇ ਪਾਪ ਕਰੇ ਤਾਂ ਮਹਿੰਗਾ ਮਹਿੰਗਾ ਜਿਹੜਾ ਸੀ ਧਰਮ ਸੀ ਪਰ ਇਸ ਨੇ ਬੁੱਕ ਲਿਖੀ ਤਾਂ ਲੋਕਾਂ ਨੂੰ ਇਹ ਚੀਜ਼ ਸਮਝ ਆ ਗਈ ਕਿ ਮਤਲਬ ਕਿ ਆਪਣੇ ਬਾਰੇ ਸਾਨੂੰ ਸੋਚਣਾ ਚਾਹੀਦਾ ਤਾਂ ਦਾਂਤੇ ਨੇ ਲੈਟਿਨ ਭਾਸ਼ਾ ਦਾ ਤਿਆਗ ਕੀਤਾ ਅਤੇ ਆਪਣੀ ਰਚਨਾ ਇਟਲੀ ਦੇ ਲੋਕਾਂ ਦੀ ਭਾਸ਼ਾ ਵਿੱਚ ਕੀਤੀ ਕਿਉਂਕਿ ਆਮ ਜਨਤਾ ਦੀ ਭਾਸ਼ਾ ਸੀ ਅਤੇ ਲੋਕਾਂ ਦੀ ਸਮਝ ਚ ਆ ਜਾਂਦੀ ਸੀ ਦਾਂਤੇ ਦੀ ਨਰਕ ਦੇ ਵਿੱਚੋਂ ਦੀ ਯਾਤਰਾ ਦੇ ਸਵਰਗ ਆਦਿ ਦੇ ਧਾਰਮਿਕ ਵਿਸ਼ੇ ਸੀ ਜੋ ਸਾਬਿਤ ਕਰਦੇ ਸੀ ਕਿ ਲਿਖਾਰੇ ਕਿਸ ਹੱਦ ਤੱਕ ਮਨੁੱਖ ਨਾਲ ਕੁਝ ਸਮੰਧ ਰੱਖਦਾ ਹੈ ਅਤੇ ਪਰ ਇਸ ਦੇ ਨਾਲ ਹੀ ਉਹ ਮਨੁੱਖੀ ਪਿਆਰ ਕੁਦਰਤੀ ਵਸਤੂਆਂ ਨਾਲ ਵੀ ਪਿਆਰ ਕਰਦਾ ਹੈ ਤਾਂ ਇਹ ਜਿਹੜੀ ਹੈ ਮਾਰਗਦਰਸ਼ਕ ਬੁੱਕ ਹੈ ਡਾਂਤੇ ਦੀ ਫ੍ਰਾਂਸਿਸਕੋ ਪੈਟਰੀਆਰਕ ਜਿਹੜਾ ਹੈ ਇਹ ਵੀ ਇਟਲੀ ਦਾ ਵਿਦਵਾਨ ਸੀ ਕਵੀ ਸੀ ਅਤੇ ਇਸ ਨੂੰ ਆਲੋਚਕਾਂ ਨੇ ਮਾਨਵਵਾਦ ਦਾ ਪਿਤਾਮਾ ਕਿਹਾ ਤਾਂ ਮਾਨਵਵਾਦ ਇੱਥੇ ਆ ਗਿਆ ਪੁਨਰ ਜਾਗਰਣ ਦਾ ਪਹਿਲਾ ਵਿਅਕਤੀ ਆਖਿਆ ਜਿਸ ਨੂੰ ਕਲਾਸਿਕਲ ਲਾਟਿਨ ਬਹੁਤ ਪਿਆਰਾ ਸੀ ਤੇ ਇਟਲੀ ਭਾਸ਼ਾ ਵਿੱਚ ਇਸਨੇ ਲਿਖਿਆ ਲਾਟਿਨ ਭਾਸ਼ਾ ਦੀ ਵੀ ਇਸਨੇ ਯੂਜ਼ ਕੀਤਾ ਅਤੇ ਧਾਰਮਿਕ ਪਰੰਪਰਾਵਾਂ ਦੇ ਅਨੁਸਾਰ ਇਸਨੇ ਰਚਨਾ ਨਹੀਂ ਕੀਤੀ ਸਗੋਂ ਸੱਭੇ ਮਹਾਨ ਵਿਦਵਾਨ ਵਾਂਗੂਏ ਜਿਹੜਾ ਸੀ ਅਗਿਆ ਹੈ ਇਸਨੇ ਕੀ ਕੀਤਾ ਸੀ ਅੰਧ ਵਿਸ਼ਵਾਸ ਜਿਹੜੇ ਧਰਮ ਦੇ ਉੱਤੇ ਚੱਲ ਰਹੇ ਸੀ ਅਗਿਆਨਤਾ ਚੱਲ ਰਹੀ ਸੀ ਇਸ ਦੇ ਖੋਖਲੇਪਨ ਦੇ ਉੱਤੇ ਚੋਟ ਕੀਤੀ ਪੈਟਰਿਆਕ ਨੇ ਬਹੁਤ ਫੇਮਸ ਹੋਇਆ ਇਹ ਇਸਨੇ ਪੁਨਰ ਜਾਗਰਣ ਦੇ ਵਿੱਚ ਬਹੁਤ ਅਹਿਮ ਜਿਹੜਾ ਸੀਗਾ ਉਹ ਕੰਟਰੀਬਿਊਸ਼ਨ ਪਾਇਆ ਕੁਝ ਹੋਰ ਲਿਖਾਰੀ ਜਿਹੜੇ ਨੇ ਅ ਅਰਿਸਟੋ ਹੋ ਗਿਆ ਪੋਲੀਜਾਨੇ ਹੋ ਗਿਆ ਬਵਾਰ ਬੋਰਦੋ ਹੋ ਗਿਆ ਸੁਲਤਾਨੀ ਹੋ ਗਿਆ ਤਾਂ ਇਹ ਸਾਰੇ ਵੀ ਜਿਹੜੇ ਹੈਗੇ ਉੱਗੇ ਕਵੀ ਹੋਏ ਨੇ ਸੋ ਇਹਨਾਂ ਨੇ ਜਿਹੜਾ ਹੈਗਾ ਇਸ ਦੇ ਵਿੱਚ ਇੰਗਲੈਂਡ ਦੇ ਸਪੈਂਸਰ ਹੋ ਗਿਆ ਫ੍ਰਾਂਸਿਸ ਹੋ ਗਿਆ ਬੇਕਨ ਥਾਮਸ ਮੂਰ ਹੋਗੇ ਤੇ ਇਹਨਾਂ ਨੇ ਆਪਣੀਆਂ ਰਚਨਾਵਾਂ ਵਿੱਚ ਮਨੁੱਖਤਾ ਭਰੀਆਂ ਭਾਵਨਾਵਾਂ ਦਾ ਪ੍ਰਗਟ ਕੀਤਾ ਅਤੇ ਜਨਤਾ ਦਾ ਧਿਆਨ ਜਿਹੜਾ ਹੈ ਆਪਣੇ ਵੱਲ ਖਿੱਚਿਆ ਜਾਗਰਣ ਦੇ ਬਹੁਤ ਸਾਰੇ ਲਿਖਾਰੀਆਂ ਨੇ ਕਵਿਤਾਵਾਂ ਲਿਖੀਆਂ ਡਰਾਮੇ ਲਿਖੇ ਅਤੇ ਇੰਗਲੈਂਡ ਦੇ ਨਾਟਕਾਂ ਤੇ ਵੀ ਪ੍ਰਭਾਵ ਪਵੇ ਮਾਰਟਿਨ ਲੂਥਰ ਦਾ ਨਾਮ ਤੁਸੀਂ ਸਭ ਨੇ ਸੁਣਿਆ ਹੋਣਾ ਜਰਮਨ ਦੇ ਸੀ ਇਹ ਪ੍ਰਸਿੱਧ ਵਿਦਵਾਨ ਸੀ ਅਤੇ ਇਹਨਾਂ ਦਾ ਜਿਹੜਾ ਸੀ 1483 ਤੋਂ 50 1546 ਦੇ ਵਿੱਚ ਸੀਗੇ ਇਹ ਤੇ ਉਹਨਾਂ ਨੇ ਬਾਈਬਲ ਦਾ ਉਲਬਾ ਜਰਮਨ ਭਾਸ਼ਾ ਦੇ ਵਿੱਚ ਪੇਸ਼ ਕੀਤਾ ਜੋ ਕਿ ਇੱਕ ਮਾਈਲਸਟੋਨ ਕਿਹਾ ਜਾਂਦਾ ਠੀਕ ਹੈ ਤਾਂ ਬਾਈਬਲ ਜਿਹੜੀ ਸੀ ਜਰਮਨ ਦੇ ਵਿੱਚ ਆਈ ਤਾਂ ਕਹਿਣ ਦਾ ਮਤਲਬ ਕਿ ਪਹਿਲਾਂ ਜਿਹੜੀ ਬਾਈਬਲ ਰਚੀ ਗਈ ਸੀ ਉਹ ਲੋਕ ਪੜ ਹੀ ਨਹੀਂ ਸੀ 파ਰੇ ਧਰਮ ਐਡਾ ਕਠੋਰ ਸੀ ਤਾਂ ਉਹਨਾਂ ਨੂੰ ਜਾਣਾ ਪੈਂਦਾ ਸੀ ਪੋਪ ਅਤੇ ਪਾਦਰੀਆਂ ਕੋਲੇ ਚਰਚ ਦੇ ਵਿੱਚ ਤੇ ਉੱਥੇ ਇਹਨਾਂ ਦੇ ਨਾਲ ਬਹੁਤ ਗਲਤ ਸਲੂਕ ਕੀਤਾ ਜਾਂਦਾ ਸੀ ਜਿਹੜੇ ਗਰੀਬ ਹੁੰਦੇ ਸੀ ਉਹਨਾਂ ਨੂੰ ਤਾਂ ਚਰਚ ਦੇ ਵਿੱਚ ਜਾਣ ਦੀ ਵੀ ਆਗਿਆ ਨਹੀਂ ਸੀ ਸੋ ਧਰਮ ਥੋੜਾ ਜਿਹਾ ਕਠੋਰ ਸੀ ਸੋ ਤਾਂ ਕਰਕੇ ਲੋਕ ਜਿਹੜੇ ਸੀ ਉਹ ਸਾਈਡ ਹੋ ਰਹੇ ਸੀ ਵਿੱਦਿਆ ਵਿੱਚ ਪੁਨਰ ਜਾਗਰਣ ਤਾਂ ਜਿਹੜੀ ਐਜੂਕੇਸ਼ਨ ਸੀ ਇਹਦੇ ਵਿੱਚ ਵੀ ਪੁਨਰ ਜਾਗਰਣ ਆਇਆ ਕਿਉਂਕਿ ਆਪਾਂ ਪਿੱਛੇ ਵੀ ਪੜਿਆ ਸੀ ਕਿ ਲੋਕਾਂ ਨੇ ਵੈਸਟਰਨ ਕੰਟਰੀਜ਼ ਦੇ ਵਾਂਗੂ ਜਿਹੜਾ ਸੀ ਸੋਚਣਾ ਸ਼ੁਰੂ ਕਰਤਾ ਅਤੇ ਨਾਲ ਹੀ ਜਿਹੜਾ ਹੈਗਾ ਇਹਨਾਂ ਨੇ ਆਪਣੇ ਸਕੂਲ ਕਾਲਜ ਯੂਨੀਵਰਸਿਟੀਆਂ ਖੋਲ੍ਹੀ ਜਿੱਥੇ ਯੂਨਾਨੀ ਭਾਸ਼ਾ ਠੀਕ ਹੈ ਜਰਮਨ ਭਾਸ਼ਾ ਬਹੁਤ ਸਰੀਆਂ ਭਾਸ਼ਾਵਾਂ ਦਾ ਜਿਹੜਾ ਸੀ ਉਹ ਐਜੂਕੇਸ਼ਨ ਦਿੱਤੀ ਜਾਂਦੀ ਸੀ ਤਾਂ ਪੁਨਰ ਜਾਗਰਣ ਨੇ ਮਾਨਵਤਾਵਾਦੀ ਭਾਵਨਾ ਰਾਂਹੀ ਸਾਹਿਤ ਰਾਂਹੀ ਵਿਦਿਆ ਤਾਈ ਵੀ ਇਹ ਪਹੁੰਚ ਗਈ ਅਤੇ ਇਹ ਭਾਵਨਾ ਪਹਿਲਾ ਯੂਨਾਨ ਵਿੱਚ ਪੈਦਾ ਹੋਈ ਸੀ ਫੇ ਬਾਕੀ ਦੁਨੀਆ ਨੇ ਇਸ ਦੇ ਬਾਰੇ ਸੋਚਣਾ ਸ਼ੁਰੂ ਕੀਤਾ ਤੇ ਅਗਲੇ ਜਹਾਨ ਦੀ ਚਿੰਤਾ ਛੱਡ ਕੇ ਉਹਨਾਂ ਨੇ ਜੀਵਨ ਦੇ ਮਨੁੱਖਾਂ ਦੀ ਹਮਦਰਦੀ ਬਾਰੇ ਸੋਚਿਆ ਕਿ ਜਿਹੜੇ ਇੱਥੋਂ ਦੇ ਲੋਕ ਨੇ ਮਤਲਬ ਜਿਹੜੇ ਜੀ ਰਹੇ ਨੇ ਤਾਂ ਉਹਨਾਂ ਬਾਰੇ ਸੋਚੋ ਲੋਕ ਪਰਲੋਕ ਦੀ ਜਹਾਨ ਦੀ ਚਿੰਤਾ ਜਿਹੜੀ ਹੈ ਬੰਦ ਕਰੋ ਉਹਨਾਂ ਨੇ ਧਾਰਮਿਕ ਜ਼ੁਲਮਾਂ ਅਤੇ ਅਤਿਆਚਾਰਾਂ ਹੇਠ ਤੜਪ ਰਹੀ ਲੁਕਾਈ ਅਤੇ छुटकारे ਬਾਰੇ ਸੋਚਣਾ ਸ਼ੁਰੂ ਜਿਹੜਾ ਸੀ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਹੁਣ ਵੜ ਜਿਹੜੇ ਧਾਰਮਿਕ ਜੁਰਮ ਸਾਡੇ ਨਾਲ ਹੋ ਰਹੇ ਨੇ ਇਸ ਤੋਂ ਆਪਣੇ ਆਪ ਦਾ ਖਹਿੜਾ ਛਡਾਓ ਲੋਕ ਪਰ ਲੋਕ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਈਡ ਤੇ ਰਹਿ ਤਾ ਜਿਸ ਸਮੇਂ ਤੁਰਕ ਯੂਨਾਨ ਦੇ ਵਾਲਾ ਆਏ ਸੀ ਤਾਂ ਬਹੁਤ ਸਾਰੇ ਯੂਨਾਨੀ ਇਟਲੀ ਤੋੜ ਗਏ ਸੀ ਆਪਣੇ ਨਾਲ ਹੋਰ ਤਾਂ ਕੁਝ ਨਹੀਂ ਲੈ ਜਾ ਸਕੇ ਲੇਕਿਨ ਬੁੱਕਸ ਲੈ ਗਏ ਅਤੇ ਆਪਣਾ ਗਿਆਨ ਲੈ ਗਏ ਤਾਂ ਉਹਨਾਂ ਨੇ ਜਿਹੜਾ ਸੀਗਾ ਯੂਨਾਨੀ ਪੁਸਤਕਾਂ ਇਟਲੀ ਵਿੱਚ ਯੂਨਾਨੀ ਪੁਸਤਕਾਂ ਨੇ ਮਨੁੱਖਤਾ ਦਾ ਪਿਆਰ ਜਿਹੜਾ ਸੀ ਪੈਦਾ ਕਰ ਦਿੱਤਾ ਅਤੇ ਇਹਨਾਂ ਨੇ ਪਿਆਰ ਦੀ ਭਾਵਨਾ ਦਾ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ ਠੀਕ ਹੈ ਹੁਣ ਕਲਾ ਦੇ ਵਿੱਚ ਆਰਟ ਦੇ ਵਿੱਚ ਪੁਨਰ ਜਾਗਰਣ ਕੀਤਾ ਆਇਆ ਤਾਂ ਇਹ ਵੀ ਕੁਐਸਚਨ ਆ ਸਕਦਾ ਸ਼ੋਰਟ ਦੇ ਵਿੱਚ ਮੱਧਕਾਲ ਦੇ ਵਿੱਚ ਕੀ ਹੋ ਰਿਹਾ ਸੀ ਚਰਚ ਦੇ ਅਧੀਨ ਜਿਹੜਾ ਸੀ ਸਾਰਾ ਪ੍ਰਭਾਵ ਹੁੰਦਾ ਸੀ ਧਰਮ ਕਰਮ ਦਾ ਕੰਮ ਜਿਹੜਾ ਸੀ ਚਰਚ ਦੇ ਅੰਦਰ ਪੌਪ ਕਰਦੇ ਸੀ ਪ੍ਰੀਸਟ ਕਰਦੇ ਸੀਗੇ ਪਹਿਲੇ ਸਮਿਆਂ ਵਿੱਚ ਈਸਾਈ ਕਲਾ ਸੋਹਰਤ ਅਤੇ ਕੋਮਲ ਹੁੰਦੀ ਸੀ ਜਦੋਂ ਮੱਧਕਾਲ ਤੋਂ ਪਹਿਲਾਂ ਦਾ ਟਾਈਮ ਸੀ ਬਹੁਤ ਹੀ ਆਠ ਤੇ ਲਿਟਰੇਚਰ ਚੱਲਦਾ ਸੀਗਾ ਈਸਮ ਸੀ ਨੂੰ ਆਮ ਤੌਰ ਤੇ ਗਟਰੀਆ ਦੱਸਿਆ ਜਾਂਦਾ ਸੀ ਅਤੇ ਚਿਤਰਾ ਚਿਤਰਿਆ ਜਾਂਦਾ ਸੀ ਕਈ ਵਾਰ ਉਸ ਦੇ ਮੋਟਿਆਂ ਉਤੇ ਲੇਲਿਆਂ ਨੂੰ ਵੀ ਦਿਖਾਇਆ ਜਾਂਦਾ ਸੀ ਠੀਕ ਹੈ ਤਾਂ ਆਮ ਤੌਰ ਤੇ ਵਰਜਨ ਮੈਰੀ ਸੰਤ ਲੋਕ ਅਤੇ ਈਸਾ ਮਸੀਹ ਹੀ ਹੁੰਦੇ ਸੀਗੇ ਕਲਾ ਦਾ ਮੰਤਵ ਜਿਹੜਾ ਸੀ ਕੋਈ ਅਦਰਸ਼ ਪੇਸ਼ ਕਰਨਾ ਜਾਂ ਕੋਈ ਜੀਵਨ ਦੀ ਅਸਲੀਅਤ ਪੇਸ਼ ਕਰਨਾ ਨਹੀਂ ਸੀ ਹੁੰਦਾ ਸਗੋਂ ਦ੍ਰਿਸ਼ ਨੂੰ ਪਵਿੱਤਰ ਬਣਾਇਆ ਜਾਂਦਾ ਸੀ ਤੋਂ ਬਹੁਤ ਅੱਛੀ ਤਰੀਕੇ ਦੇ ਨਾਲ ਜਿਹੜੀ ਸੀ ਲਿਟਰੇਚਰ ਦਾ ਕੰਮ ਆੜਦਾ ਹੁੰਦਾ ਸੀ ਲੇਕਿਨ ਜਦੋਂ ਮੱਧਕਾਲ ਦੇ ਵਿੱਚ ਆਇਆ ਤਾਂ ਇਹ ਕੰਮ ਜਿਹੜਾ ਸੀਗਾ ਬਹੁਤ ਹੀ ਜ਼ਿਆਦਾ ਧਰਮ ਦਾ ਪਵੰਦ ਹੋ ਗਿਆ ਜਿਹੜੇ ਆਰਟ ਵਾਲੇ ਆਰਟੀਸ਼ਨ ਸੀ 뮤ਜ਼ੀਸ਼ੀਅਨ ਸੀ ਇਹਨਾਂ ਤੋਂ ਉਹ ਜਿਹੜੇ ਪਾਦਰੀ ਲੋਕ ਸੀਗੇ ਜਾਂ ਜਿਹੜੇ ਤਗੀਰਦਾਰ ਸੀ ਬਹੁਤ ਹੀ ਜ਼ਿਆਦਾ ਜਿਹੜੇ ਟੈਕਸ ਵਸੂਲਦੇ ਸੀਗੇ ਸੋ ਇਸ ਕਰਕੇ ਜਿਹੜਾ ਸੀ ਉਹਨਾਂ ਦੇ ਆਰਟ ਦੇ ਉੱਤੇ ਬਹੁਤ ਹੀ ਜ਼ਿਆਦਾ ਇਫੈਕਟ ਪੈਣਾ ਸਟਾਰਟ ਹੋ ਗਿਆ ਸੀ ਪਾਦਰੀ ਆਮ ਤੌਰ ਤੇ ਕਲਾ ਅਤੇ ਜੀਵਨ ਦੇ ਵਿਚਕਾਰ ਵਿਥ ਨੂੰ ਵਿਵਧਾਨ ਦਾ ਯਤਨ ਕਰਦੇ ਸੀ ਪੁਨਰ ਜਾਗਰਣ ਦੇ ਕਲਾਕਾਰਾਂ ਨੂੰ ਵਸਤਵਿਕਤਾ ਵਸਤਵਿਕਤਾ ਦਾ ਲੜਫੜਿਆ ਤਾਂ ਹੁਣ ਜਿਹੜੇ ਪੁਨਰ ਜਾਗਰਣ ਵਾਲੇ ਆਏ ਨੇ ਇਹਨਾਂ ਨੇ ਕੀ ਕਰਤਾ ਰਿਐਲਿਟੀ ਤਾਂ ਰਿਐਲਿਟੀ ਧਰਮ ਵੀ ਹੋ ਸਕਦੀ ਹੈ ਤੇ ਕੁਦਰਤੀ ਨਜ਼ਾਰੇ ਵੀ ਹੋ ਸਕਦੇ ਆ ਤਾਂ ਰਿਲਾਈਸ ਇੰਟਰਲਾਈਨਸ ਪੀਰੀਅਡ ਦੇ ਵਿੱਚ ਜਿਹੜਾ ਸੀਗਾ ਧਰਮ ਨੋ ਸਾਈਡ ਕਰ ਦਿੱਤਾ ਲੋਕਾਂ ਨੇ ਅਤੇ ਨਾਲ ਹੀ ਜਿਹੜਾ ਹੈ ਕੁਦਰਤੀ ਨਜ਼ਾਰੇ ਇਮੇਜਿਨੇਸ਼ਨ ਆਪਣੇ ਆਪ ਮਟੀਰੀਅਲਿਸਟਿਕ ਚੀਜ਼ਾਂ ਦੇ ਪਿੱਛੇ ਦੌੜਨ ਲੱਗੇ ਠੀਕ ਹੈ ਸੋ ਇਹਦੇ ਵਿੱਚ ਲਾਈਨਾਂ ਜਿਹੜੀਆਂ ਆਪਾਂ ਨੂੰ ਈਜ਼ੀ ਹੈ ਤੇ ਨਾਲ ਹੀ ਆਪਾਂ ਨੇ ਲਿਖਣ ਵਾਲੀਆਂ ਨੇ ਸਿਰਫ ਆਪਾਂ ਆਪਾ ਉਹ ਸਮਝ ਰਹੇ ਆ ਆਰਕੀਟੈਕਚਰ ਵਸਤੂ ਕਲਾ ਜਿਹੜੀ ਹੈਗੀ ਆ ਉਸ ਦੇ ਪੱਖ ਤੋਂ ਵੀ ਪੁਨਰ ਜਾਗਰਣ ਕਾਲ ਵਿੱਚ ਪੁਰਾਣੀਆਂ ਰੋਮਨ ਸ਼ੈਲੀਆਂ ਦਾ ਬਹੁਤ ਝੁਕਾਅ ਸੀ ਗੋਥਿਕ ਸਟਾਈਲ ਨੂੰ ਛੱਡ ਦਿੱਤਾ ਗਿਆ ਪਰ ਰੋਮਨ ਅਤੇ ਯੂਨਾਨੀ ਸ਼ੈਲੀਆਂ ਜੋ ਕਿ ਡਾਟ ਗੁਬਦ ਅਤੇ ਮিনার ਤੇ ਆਧਾਰਿਤ ਸੀ ਅਪਣਾ ਲਈਆਂ ਮਤਲਬ ਜਿਹੜੇ ਵੀ ਪਵਨ ਉਸਾਰੀ ਕਲਾ ਸੀ ਉਹ ਸਾਰਾ ਆਪਣਾ ਰੋਮਨ ਅਤੇ ਯੂਨਾਨੀ ਸ਼ੈਲੀਆਂ ਦੇ ਉੱਤੇ ਆਧਾਰਿਤ ਹੋ ਗਿਆ ਯੂਨਾਨੀ ਜਾਂ ਰੋਮਨ ਅਰਬੀ ਸ਼ੈਲੀਆਂ ਦਾ ਇਹ ਮਿਕਸਚਰ ਹੋ ਗਿਆ ਸਜਾਵਟ ਅਤੇ ਡਿਜ਼ਾਈਨ ਸਿਰਫ ਜਿਹੜੇ ਸੀ ਰੋਮਨ ਅਰਬੀ ਯੂਨਾਨੀ ਵਾਲੇ ਹੋ ਗਏ ਜਿਹੜੇ ਪੁਰਾਣਾ ਸੀਗਾ ਸ਼ੈਲੀਆਂ ਉਹ ਛੱਡ ਦਿੱਤੀਆਂ ਗਈਆਂ ਨਵੇਂ-ਨਵੇਂ ਡਿਜ਼ਾਈਨ ਜਿਹੜੇ ਆਏ ਅਤੇ ਹੋਰ ਦੇਸ਼ਾਂ ਦੇ ਵਿੱਚ ਪਹੁੰਚੇ ਇਸ ਵਿੱਚ ਗੁੰਮਦ ਮਹਿਰਾਬਾਂ ਖੰਬਿਆਂ ਨੂੰ ਮਹੱਤਵ ਦਿੱਤਾ ਜਾਂਦਾ ਸੀ ਮਾਈਕਲ ਐਂਗਲੋ ਵਸਤੂ ਵਾਸਤੂ ਕਾਲ ਦਾ ਜਿਹੜਾ ਸੀ ਮਹਾਰ ਸੀ ਉਸਨੇ ਗਫੇਲ ਦੇ ਨਾਲ ਮਿਲ ਕੇ ਜਿਹੜਾ ਸੀ ਸੈਂਟ ਪੀਟਰ ਦੇ ਗਿਰਜਾ ਘਰ ਦਾ ਨਿਰਮਾਣ ਕੀਤਾ ਜਿਹੜਾ ਕਿ ਹਾਲੇ ਤੱਕ ਵੀ ਹੈ ਵਸਤੂ ਕਲਾ ਦਾ ਅਦਭੁਤ ਨਮੂਨਾ ਹੈ ਤੋਂ ਇਸ ਤੋਂ ਬਿਨਾ ਲੰਡਨ ਦਾ ਸੈਂਟ ਪੌਲ ਦਾ ਗਿਰਜਾ ਘਰ ਹੋ ਗਿਆ ਵਸਤੂ ਕਲਾ ਦਾ ਵਿਕਾਸ ਦਾ ਹੀ ਜਿਹੜੀ ਹੈ ਉਗਾਹੀ ਭਰਦਾ ਹੈ ਤਾਂ ਪਹਿਲਾਂ ਕੀ ਸੀ ਪੁਨਰਜਾਗਰਣ ਕਾਲ ਵਿੱਚ ਰੋਮ ਹੀ ਕੇਂਦਰ ਸੀ ਰੋਮ ਖੰਡਰਾਂ ਦੀ ਮਹਾਨਤਾ ਜੋ ਖਤਮ ਹੋ ਰਹੀ ਸੀ ਤਾਂ ਰਾਫਲ ਨੇ ਕੀ ਕਰਾ ਇਸ ਨੂੰ ਖੰਡਰਾਂ ਨੂੰ ਸੰਭਾਲਣ ਤੇ ਬਚਾਉਣ ਦੀ ਅਪੀਲ ਕੀਤੀ ਪਾਪ ਤੋਂ ਅਤੇ ਫਿਰ ਇਸ ਨੂੰ ਜਿਹੜਾ ਸੀ ਬਹੁਤ ਚੰਗੇ ਤਰੀਕੇ ਨਾਲ ਉਸਾਰਿਆ ਫਿਰ ਸੈਂਟ ਪੀਟਰ ਗਿਰਜਾ ਘਰ ਜਿਹੜਾ ਹੈ ਬਹੁਤ ਅੱਛਾ ਜਿਹੜਾ ਹੈ ਇਹ ਵੀ ਰੋਮ ਦਾ ਨਮੂਨਾ ਹੈ ਮਾਈਕਲ ਐਂਗਲੋ ਦੀ ਅਗਵਾਈ ਦੇ ਵਿੱਚ ਇਸ ਪਵਨ ਦੇ ਪ੍ਰਭਾਵਸ਼ਾਲੀ ਅਤੇ ਵਿਸ਼ਾਲ ਗੁੰਬਦ ਨੂੰ ਸਾਰਿਆ ਗਿਆ ਅਤੇ ਇਹ ਗਿਰਜਾਕਾਰ ਉਸੇ ਭਵਨ ਉਸਾਰੀ ਦਾ ਉੱਤਮ ਨਮੂਨਾ ਹੈ। ਸੰਗਮਰਮਰ ਵਿੱਚ ਕੀਤੀ ਗਈ ਪच्चੀਕਾਰੀ ਅਤੇ ਕੰਧਾਂ ਉਤੇ ਚਿੱਤਰਕਾਰੀ ਦਾ ਜਿਹੜਾ ਉਸ ਕਾਲ ਦਾ ਉੱਤਮ ਨਮੂਨਾ ਹੈਗੇ। ਠੀਕ ਹੈ। ਕ੍ਰਿਸਟੋਫਰ ਰੈਨ ਹੋਏ ਨੇ ਇਸ ਦੇ ਦੁਆਰਾ ਬਣਾਇਆ ਗਿਆ ਸੈਂਟ ਪੌਲ ਦਾ ਗਿਰਜਾ ਘਰ ਵੀ ਜਿਹੜਾ ਹੈ ਭਵਨ ਨਿਰਮਾਣ ਕਲਾ ਦਾ 29 ਦਾ ਜਿਹੜਾ ਹੈ ਸਬੂਤ ਹੈ। ਇਸ ਤੋਂ ਬਿਨਾ ਫਲੋਰੈਂਸ ਵਿੱਚ ਪਿਟੀ ਪੈਲਸ ਜਿਹੜਾ ਹੈ ਰੋਮ ਵਿੱਚ ਫਰਨੀਸ ਪੈਲਸ ਹੈਗਾ ਪੁਨਰਜਾਗਰਨ ਕਾਲ ਦਾ ਮਹੱਤਵਪੂਰਨ ਨਮੂਨਾ ਹੈ ਤੇ ਇਹ ਤੁਸੀਂ ਜਿਹੜੀਆਂ ਹਨ ਚਾਰ ਪੰਜ ਬਿਲਡਿੰਗਸ ਦਾ ਨਾਮ ਚਰਚਾ ਦਾ ਕਰ ਲਿਖ ਦਿਓ ਠੀਕ ਹੈ ਉਸ ਤੋਂ ਬਾਅਦ ਸੇ ਸੰਗੀਤ ਵਿੱਚ ਪੁਨਰਜਾਗਰਨ ਪੁਨਰਜਾਗਰਨ ਕਾਲ ਦੇ ਵਿੱਚ ਜਿਹੜਾ ਹੈ ਸੰਗੀਤ ਕਲਾ ਦੇ ਵਿੱਚ ਵੀ ਜਿਹੜਾ ਹੈ ਕਲਾਸਿਕਲ ਪ੍ਰਭਾਵ ਤੋਂ ਜਿਹੜਾ ਹੈ ਦੂਰ ਹੈ ਇਜ਼ਾ ਸੁਭਾ ਧਾਰਮਿਕ ਹੀ ਸੀ ਪਰ ਕਲਾਮਾਂ ਮੰਗ ਸਾਹਿਤ ਸੰਗੀਤ ਨੂੰ ਵੀ ਧਾਰਮਿਕ ਜੰਜੀਰਾਂ ਵਿੱਚ ਨੋੜਿਆ ਹੋਇਆ ਸੀ ਜਿਹੜਾ ਸੰਗੀਤ ਸੀ ਉਹ ਵੀ ਧਰਮ ਦੇ ਅੰਡਰ ਸੀ ਪੁਨਰ ਜਾਗਰਣ ਦੇ ਪੌ ਫਟਾਲੇ ਨੇ ਸੰਗੀਤ ਦੀ ਕਾਇਆ ਪਲਟਤੀ ਨਵੀਨਤਾ ਆ ਗਈ ਮਤਲਬ ਮਾਡਰਨਿਟੀ ਆ ਗਈ ਉਦਾਰਤਾ ਆ ਗਈ ਸੰਗੀਤ ਵਿੱਚ ਪਰਵਰਤਨ ਆਏ ਅਤੇ ਹਰਮਨ ਪਿਆਰਾ ਬਣਾ ਲਈ ਚਰਚ ਦੀ ਵਰਤੋਂ ਦੇ ਵੀ ਇਸ ਚ ਲਾਭ ਦਿਖਾਏ ਗਏ ਗਿਰਜਾ ਘਰ ਵਿੱਚ ਇਕੱਠੇ ਗਾਣ ਵਿੱਚ ਹਿੱਸਾ ਲੈਣ ਦੇ ਵਿੱਚ ਲੋਕਾਂ ਨੂੰ ਪ੍ਰੋਤਸਾਹਿਤ ਕੀਤਾ ਗਿਆ ਪੁਨਰ ਜਾਗਰਣ ਕਾਲ ਵਿੱਚ ਸਮੂਹ ਰਚਨਾ ਜਿਹੜੇ ਕੋਰਸ ਹੁੰਦੇ ਨੇ ਉਹਨਾਂ ਦੀ ਰਚਨਾ ਕੀਤੀ ਗਈ ਅਤੇ ਯੋਵਨੀ ਪਾਲੈਸਟਾਈਨਾ ਜਿਹੜੇ ਹੈ ਨੇ ਗਿਰਜਾ ਸੰਗੀਤ ਨੂੰ ਬਹੁਤ ਉਤਸ਼ਾਹ ਦਿੱਤਾ ਤੇ ਸੁਰ ਲਿਪੀ ਜਿਹੜੀ ਸੀ ਤਿਆਰ ਕੀਤੀ ਗਿਰਜਾ ਕਰ ਲਈ ਚਰਚ ਦੇ ਲਈ ਠੀਕ ਹੈ ਗਿਰਜਾ ਕਰ ਮਤਲਬ ਚਰਚ ਮਾਰਠਿਕ ਨੰਦਨ ਵੀ ਜਿਹੜੇ ਸੀਗੇ ਇੱਕ ਮਹਾਨ ਸਾਹਿਤਕਾਰ ਇਸ ਟਾਈਮ ਪੀਰੀਅਡ ਦੇ ਹੋਏ ਨੇ ਉਹਨਾਂ ਨੇ ਸੰਗੀਤਕਾਰਾਂ ਨਾਲ ਰਲ ਕੇ ਜਿਹੜਾ ਸੀ ਪੁਨਰ ਜਾਗਰਣ ਦੀ ਨਵੀਂ ਸ਼ੈਲੀ ਨੂੰ ਜਨਮ ਦਿੱਤਾ ਅਤੇ ਸੰਗੀਤ ਵਿੱਚ ਅਲੌਕਿਕ ਸੰਗੀਤ ਦੀ ਮਹਾਨਤਾ ਜਿਹੜੀ ਸੀ ਉਹ ਵਧ ਗਈ ਤਾਂ ਕਿਹੜੇ-ਕਿਹੜੇ ਮਿਊਜ਼ੀਸ਼ੀਅਨਸ ਹੋਏ ਨੇ ਮੋਜ਼ਾਰਟ ਹੋਏ ਨੇ ਜਾਰਜ ਫੈਡਰਿਕ ਹੈਡਲ ਹੋਏ ਨੇ ਜੋਸਫ ਹੈਡਜ਼ ਹੋਏ ਨੇ ਤੇ ਇਹ ਵੀ ਪੁਨਰ ਜਾਗਰਣ ਦੇ ਮਹਾਨ ਸੰਗੀਤਕਾਰ ਸੀ ਤੇ ਵਾਇਲਨ ਦੀ ਵਰਤੋਂ ਵੀ ਜਿਹੜੀ ਸੀ ਛੋਟੀ ਬੀਨਾ ਨੂੰ ਜਿਹੜਾ ਸੀ ਇਹ ਯੂਜ਼ ਕੀਤਾ ਗਿਆ ਠੀਕ ਹੈ ਸੋ ਇਹ ਉਸ ਟਾਈਮ ਦੇ ਜਿਹੜੇ ਨੇ ਸਾਜ਼ ਨੇ ਵਿਗਿਆਨ ਵਿੱਚ ਪੁਨਰ ਜਾਗਰਣ ਵਿਗਿਆਨੀਆਂ ਦੇਖੋ ਸਾਹਿਤ ਚ ਆ ਰਿਹਾ ਹੈ ਆਰਟ ਚ ਆ ਰਿਹਾ ਹੈ ਲਿਟਰੇਚਰ ਚ ਆ ਰਿਹਾ ਹੈ ਪੁਨਰ ਜਾਗਰਣ ਤਾਂ ਵਿਗਿਆਨ ਦੇ ਵਿੱਚ ਵੀ ਜ਼ਰੂਰ ਹੈ ਤਾਂ ਵਿਗਿਆਨੀ ਜਿਹੜੇ ਸੀ ਬਹੁਤ ਹੀ ਜ਼ਿਆਦਾ ਇਸ ਟਾਈਮ ਉਹਨਾਂ ਨੇ ਜਿਹੜਾ ਸੀਗਾ ਕੰਟਰੀਬਿਊਟ ਕੀਤਾ ਚਰਚ ਵਿਗਿਆਨ ਦਾ ਵਿਰੋਧੀ ਸੀ ਪਹਿਲਾਂ ਕਿਉਂਕਿ ਉਹ ਵਿਗਿਆਨ ਦੇ ਉਨਤੀ ਨਾਲ ਲੋਕਾਂ ਦਾ ਪਰਮ ਟੁੱਟ ਜਾਣਾ ਸੀ ਚਰਚ ਦੇ ਪ੍ਰਤੀ ਕਿ ਸਾਇੰਸ ਟੈਕਨੋਲੋਜੀ ਜਦੋਂ ਆਉਗੀ ਨੌਲੇਜ ਆਉਗੀ ਤਾਂ ਜਿਹੜਾ ਹੈ ਧਰਮ ਨੂੰ ਲੋਕ ਮੰਨਣਗੇ ਨਹੀਂ ਸੋ ਇਸ ਕਰਕੇ ਧਰਮ ਚਾਹੁੰਦਾ ਸੀਗਾ ਪਾਦਰੀ ਪੋਪ ਪ੍ਰੀਸਟ ਚਾਹੁੰਦੇ ਸੀਗੇ ਕਿ ਜਿਹੜਾ ਵਿਗਿਆਨ ਹੈ ਅੱਗੇ ਨਾ ਵਧੇ ਉਹਨਾਂ ਦੇ ਟਾਈਮ ਪੀਰੀਅਡ ਤੱਕ ਜਿਹੜਾ ਸੀ ਸਾਇੰਸ ਉੱਥੇ ਹੀ ਖੜਿਆ ਰਿਹਾ ਲੇਕਿਨ ਜਦੋਂ ਰੀਨੈਸੈਂਸ ਪੀਰੀਅਡ ਆਇਆ ਤਾਂ ਇਸਨੇ ਸਿਰ ਚੁੱਕਣਾ ਵਿਗਿਆਨ ਨੇ ਸਟਾਰਟ ਕਰ ਦਿੱਤਾ ਤਾਂ ਡਾਕਟਰਾਂ ਨੂੰ ਪਹਿਲਾਂ ਨਾਸਤਕ ਮੰਨਿਆ ਜਾਂਦਾ ਸੀ ਕਿ ਡਾਕਟਰ ਤਾਂ ਨਾਸਤਕ ਹੈ ਸਾਰਾ ਕੁਝ ਕੌਣ ਠੀਕ ਕਰੇਗਾ ਚਰਚ ਪ ਪੁਜਾਰੀ ਠੀਕ ਹੈ ਸੋ ਪਰ 16ਵੀਂ ਸਦੀ ਵਿੱਚ ਵਿਗਿਆਨ ਦੀ ਉਨਤੀ ਸਟਾਰਟ ਹੋ ਗਈ ਅਤੇ ਧਰਮ ਮਨੁੱਖੀ ਦਿਮਾਗ ਜਿਹੜਾ ਸੀ ਛੜਦਾ ਜਾ ਰਿਹਾ ਸੀ ਧਰਮ ਸੁਧਾਰਨੇ ਚਰਚ ਦੀ ਅਸਲੀਅਤ ਜਿਹੜੀ ਸੀ ਨੰਗੀ ਕਰ ਦਿੱਤੀ ਸੀ ਕਿਉਂਕਿ ਉਹਨਾਂ ਨੇ ਡਾਕਟਰ ਨੇ ਦੱਸਿਆ ਕਿ ਜੜ ਫੁਗ ਦੇ ਨਾਲ ਕੁਝ ਨਹੀਂ ਹੋਣਾ ਤੁਸੀਂ ਜਿਹੜਾ ਹੈ ਦਵਾਈ ਵਗੈਰਾ ਲਓ ਫਰਾਂਸਿਸ ਬੇਕਨ ਜਿਹੜੇ ਹੋਏ ਨੇ ਇਹਨਾਂ ਨੇ ਪੁਰਾਣੀਆਂ ਵਿਗਿਆਨਿਕ ਮਿੰਤੀਆਂ ਦੇ ਨਤੀਜੇ ਸੁੱਲਜੇ ਹੋਏ ਗਿਆਨ ਨੂੰ ਨਹੀਂ ਦੱਸਿਆ ਇਹਨਾਂ ਨੇ ਕਿਹਾ ਕਿ ਕੁਦਰਤ ਬਾਰੇ ਹੋਰ ਖੋਜ ਕਰਨ ਦੀ ਉਚਾਅ ਭਰਿਆ ਡੈਸਕੀਟਸ ਜਿਹੜੇ ਹੋਗੇ ਨੇ ਇਹਨਾਂ ਨੇ ਵੀ ਜਿਹੜਾ ਸੀਗਾ ਸ਼ੱਕ ਦਾ ਸਿਧਾਂਤ ਚਾਲੂ ਕੀਤਾ ਹਰੇਕ ਚੀਜ਼ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਤਾਂ ਧਰਮ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖਣ ਲਈ ਕਿਹਾ ਤਾਂ ਬਹੁਤ ਸਾਰੇ ਸਾਇੰਟਿਸਟ ਹੋਏ ਨੇ ਜਿਨ੍ਹਾਂ ਨੇ ਜਿਹੜਾ ਹੈਗਾ ਪ੍ਰਭਾਵ ਪਾਇਆ ਸੋ ਇਹ ਆਪਾਂ ਇਫੈਕਟਸ ਜਿਹੜੇ ਨੇ 9 ਸਿਸ ਪੀਰੀਅਡ ਦੇ ਆਪਾਂ ਕਰ ਚੁੱਕੇ ਹਾਂ ਸੋ ਥੈਂਕ ਯੂ ਸੋ ਮੱਚ ਮਿਲਦੇ ਆ ਨਵੇਂ ਵੀਡੀਓ ਦੇ ਨਾਲ